ਸਾਡੇ ਇਸ ਸ਼ੋਅ ਦਾ ਰੰਗ ਪੰਜਾਬ ਤੇ ਦਾ ਜਿਹੜਾ ਟਾਈਟਲ ਟਰੈਕ ਆ ਹਾਂਜੀ ਤੁਸੀਂ ਲਿਖਿਆ ਆ ਹਾਂਜੀ ਹਾਂਜੀ ਤੇ ਕੰਪੋਜ਼ ਕੀਤਾ ਆ ਹਾਂ ਤੁਸੀਂ ਜੀ ਤੇ ਉਹਦਾ ਪੂਰਾ ਪ੍ਰੋਸੈਸ ਜਿਹੜਾ ਉਹ ਸਾਨੂੰ ਦੱਸੋ ਕਿੱਦਾਂ ਰਿਹਾ ਪਹਿਲੀ ਗਾਣਾ ਲਿਖਾ ਹਿਮਾਨੀ ਨੇ ਤੇ ਯੂ ਸਟਾਰਟ ਵਿਦ ਦੀ ਆਨਸਰ ਹਾਂ ਪਹਿਲਾਂ ਮੈਂ ਲਿਖਿਆ ਸੀ ਗਾਣਾ ਬਈ ਇਹਦਾ ਪੰਜਾਬ ਦੇ ਕਿਵੇਂ ਕਿਵੇਂ ਰੰਗ ਹੈ ਮਤਲਬ ਉਹ ਸੋਚ ਕੇ ਲਿਖ ਦਿੱਤਾ ਉਸ ਤੋਂ ਬਾਅਦ ਰੇਮਨ ਪਾਜੀ ਦਾ ਕਾਲ ਆਇਆ ਮਨਜੀਤ ਜੀ ਨਾਲ ਉਹਨਾਂ ਨੇ ਕਨੈਕਟ ਕਰਾਇਆ ਸਾਨੂੰ ਡਾਇਰੈਕਟਰ ਆਫ ਦਿਸ ਸ਼ੋ ਤੇ ਮਨਜੀਤ ਜੀ ਨੇ ਸਾਨੂੰ ਜਿਵੇਂ ਦੱਸਿਆ ਇੱਕ ਇੱਕ ਗੱਲ ਬਈ ਪੰਜਾਬ ਵਿੱਚ ਹਰ ਛੋਟੀ ਛੋਟੀ ਜਿਹੜੀ ਚੀਜ਼ ਹੁੰਦੀ ਹੈ ਹਰ ਛੋਟਾ ਛੋਟਾ ਫੈਸਟੀਵਲ ਓਕੇਜ਼ਨ ਉਹ ਸੈਲੀਬ੍ਰੇਟ ਕਰਦੇ ਹਾਂ ਅਸੀਂ ਗਾਣੇ ਗਾ ਕੇ ਜਾਂ ਉਹ ਟ੍ਰਿਬਿਊਟ ਇਨ ਮਿਊਜ਼ੀਕਲ ਟ੍ਰਿਬਿਊਟ ਦੇ ਕੇ ਛੱਲਾ ਓਹੀਰ ਟੱਪਾ ਗਿੱਧਾ ਬੋਲੀਆਂ ਤੁਹਾਡਾ ਵੀਰਾਂ ਦੀ ਗਾਥਾ ਸੁਣਾਉਣੀ ਹੋ ਜਾਂ ਗੁਰਬਾਣੀ ਰੱਬ ਦਾ ਸ਼ੁਕਰ ਮਨਾਉਣਾ ਹੋ ਜਾਂ ਕੁਛ ਵੀ ਹੋ ਹਰ ਚੀਜ਼ ਦੇ ਸੈਲੀਬ੍ਰੇਸ਼ਨ ਮਿਊਜ਼ਿਕ ਦੇ ਨਾਲ ਹੁੰਦਾ ਹੈ ਉਹਨਾਂ ਨੇ ਸਾਨੂੰ ਕਿਹਾ ਵੀ ਮੈਂ ਚਾਹੁੰਦਾ ਇਸ ਟਾਈਟਲ ਵਿੱਚ ਇਹ ਵਾਲਾ ਇਲੈਬੋਰੇਸ਼ਨ ਕਿੱਧਰ ਕਿੱਧਰ ਆ ਜਾਵੇ ਓਕੇ ਤੇ ਉਹਨਾਂ ਨੂੰ ਸੁਣ ਕੇ ਫਿਰ ਉਹਨਾਂ ਦੀ ਗੱਲ ਸਮਝ ਕੇ ਅਸੀਂ ਦੁਬਾਰਾ ਬੈਠੇ ਸੌਂਗ ਤੇ ਅਸੀਂ ਰੀਵਰਕ ਕੀਤਾ ਤੇ ਮੈਂ ਦੁਬਾਰਾ ਲਿਖਿਆ ਉਹਦੀ ਕੰਪੋਜੀਸ਼ਨ ਅਲੱਗ ਕੀਤੀ ਇਹਨੇ ਧੁਨ ਥੋੜੀ ਚੇਂਜ ਕੀਤੀ ਠੀਕ ਹੈ ਉਸ ਤੋਂ ਅਗੇਨ ਪੂਰਾ ਵਰਕ ਕੀਤਾ